ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਵਿਸ਼ੇਸ਼ ਜ਼ਰੂਰਤ ਵਾਲੇ ਲੋਕਾਂ ਦੇ ਲਈ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਦੇ ਤਹਿਤ ਅੱਜ ਸੈਂਟਰ ਹਲਕੇ ਵਿੱਚ ਕੈਂਪ ਦਾ ਆਯੋਜਨ ਹਲਕਾ ਵਿਧਾਇਕ ਸੁਰਿੰਦਰ ਡਾਬਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਜਿੱਥੇ MP ਬਿੱਟੂ ਨੇ ਕੈਂਪਾਂ ਦੀ ਪ੍ਰਸ਼ੰਸਾ ਕੀਤੀ, ਉੱਥੇ ਹੀ ਕਾਂਗਰਸ ਭਵਨ ਵਿੱਚ ਇੰਦਰਾ ਗਾਂਧੀ ਦੇ ਬੁੱਤ ਲਗਾਉਣ ਤੇ ਪ੍ਰਤੀਕਿਰਿਆ ਵਿਅਕਤ ਕਰਦਿਆਂ ਕਿਹਾ ਕਿ ਅਕਾਲੀ ਦਲ ਕੌਣ ਹੁੰਦਾ ਹੈ ਇਤਰਾਜ਼ ਜਤਾਉਣ ਵਾਲਾ। ਅਕਾਲੀ ਖੁਦ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ। ਅੱਜ ਖਾਸ ਤੌਰ ਤੇ ਹੈਂਡੀਕੈਪਸ ਲਈ ਜਿਹੜਾ ਅੱਜ ਇਹ ਪ੍ਰੋਗਰਾਮ ਅਸੀਂ ਲਗਾਤਾਰ ਹਰ ਸਾਲ ਕਰਦੇ ਹਾਂ, ਅੱਜ ਉਹ ਸੈਂਟਰਲ 'ਚ ਆ ਅਤੇ ਹੁਣੀ MLA ਸਾਹਿਬ ਬੈਠੇ ਆ, ਕੌਂਸਲਰ ਸਾਹਿਬ ਬੈਠੇ ਆ, ਸਾਰੇ ਕੈਂਪ ਲਾ ਰਹੇ ਆ ਅਤੇ ਖੁਸ਼ੀ ਮਿਲਦੀ ਆ ਵਾਕਈ ਵੀ ਜੇ ਅਸੀਂ ਸੇਵਾ ਕਰਨਾ ਆ ਸਿਆਸਤ 'ਚ ਤਾਂ ਇਸ ਤਰੀਕੇ ਦੀ ਸੇਵਾ ਕਰਨੀ ਚਾਹੀਦੀ ਆ। ਇੰਦਰਾ ਗਾਂਧੀ ਸਾਡੇ ਲੀਡਰ ਨੇ, ਪ੍ਰਧਾਨ ਮੰਤਰੀ ਰਹੇ, ਲਾ ਨਹੀਂ ਸਕਦੇ ਅਕਾਲੀ ਦਲ ਵਾਲੇ ਕੌਣ ਹੁੰਦੇ ਆ, ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰੋ ਤੇ ਅਸੀਂ ਆਪਣੀਆਂ ਕੁਰਬਾਨੀਆਂ ਦੇਣ ਵਾਲੀ ਪਾਰਟੀ ਆ, ਅਕਾਲੀ ਕੁਲੀ ਦਲ ਦੀ ਕੋਈ ਪਰਵਾਹ ਨਹੀਂ। ਅੱਜ ਪ੍ਰਦਰਸ਼ਨ ਹਰੇਕ ਵਿਧਾਨ ਸਭਾ 'ਚ ਹੋ ਰਿਹਾ ਤੇ ਉਦੋਂ ਤੱਕ ਇਹ ਪ੍ਰਦਰਸ਼ਨ ਹੁੰਦਾ ਰਹੂ ਜਿੰਨਾ ਤੱਕ ਰੇਟ ਨਹੀਂ ਘਟਦੇ। ਇਸ ਮੌਕੇ ਹਲਕਾ ਸੈਂਟਰਲ ਦੇ ਕਾਂਗਰਸ ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਭਾਰਤ ਸਰਕਾਰ ਦੀ ਯੋਜਨਾ ਦੇ ਅਧੀਨ MP ਰਵਨੀਤ ਸਿੰਘ ਬਿੱਟੂ ਦੀ ਰਹਿਨੁਮਾਈ ਹੇਠ ਅੱਜ ਕਿੰਗ ਪੈਲਸ ਵਿੱਚ ਵਿਕਲਾਂਗ ਲੋਕਾਂ ਦੇ ਲਈ ਕੈਂਪ ਲਗਾਇਆ ਗਿਆ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।